ਗੁਰਮਖ ਪਿਆਰਿਓ ਮੇਰਾ ਸਤਗੁਰ ਨਾਨਕ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਸ਼ੇਅਰ ਕਰਿਓ ਲਾਈਕ ਤੇ ਕਮੈਂਟ ਵੀ ਕਰਿਓ ਸੰਗਤ ਜੀ ਅੱਜ ਕੁਝ ਖਾਸ ਬੇਨਤੀਆਂ ਆਪਾਂ ਸਾਂਝੀਆਂ ਕਰਨੀਆਂ ਨੇ ਸਤਗੁਰੂ ਕਿਰਪਾ ਕਰਨ ਮੇਰਾ ਕਰਨ ਵਿਸਾਖੀ ਤੋਂ ਪਹਿਲਾਂ ਇਹ ਦਾਨ ਜ਼ਰੂਰ ਕਰਦੇਓ ਕਿਸੇ ਚੀਜ਼ ਦੀ ਤੋੜ ਨਹੀਂ ਰਹੇਗੀ ਸੋ ਸਤਗੁਰੂ ਕਿਰਪਾ ਕਰਨ ਆਪਾਂ ਸਾਰੇ ਜਾਣੇ ਇਹਨਾਂ ਬੇਨਤੀਆਂ ਨੂੰ ਜ਼ਰੂਰ ਸਮਝਾਂਗੇ ਸੋ ਸਾਰੇ ਜਾਣੇ ਫਤਿਹ ਬਲਾਓ ਜੀ ਆਰੰਭਤਾ ਕਰੀਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰਿਓ ਵਿਸਾਖੀ ਆ ਜਾਣੀ ਐ 2 ਢਾਈ ਮਹੀਨੇ ਜਿਹੜੇ ਬਾਕੀ ਆ ਤੇ ਪਿਆਰਿਓ ਵਿਸਾਖੀ ਦਾ ਜਿਹੜਾ ਜੋੜ ਮੇਲਾ ਉਹ ਸਾਰਿਆਂ ਨੂੰ ਪਤਾ ਹੈ ਕਿ ਲਗਭਗ ਸਾਰੇ ਤਖਤਾਂ ਤੇ ਮਨਾਇਆ ਜਾਂਦਾ ਹੈ ਆਮ ਗੁਰੂ ਘਰਾਂ ਦੇ ਵਿੱਚ ਵੀ ਆਪਾਂ ਵਿਸਾਖੀ ਦੀ ਸੰਗਰਾਂਦ ਮਨਾਉਂਦੇ ਆ ਵਿਸਾਖੀ ਦਾ ਦਿਹਾੜਾ ਜਿਹੜਾ ਉਹ ਮਨਾਇਆ ਜਾਂਦਾ ਹੈ ਵਿਸਾਖੀ ਦਾ ਜੇ ਜੋੜ ਮੇਲਾ ਨਾ ਆਪਾਂ ਗੱਲ ਕਰੀਏ ਤਾਂ ਉਹ ਤਲਵੰਡੀ ਸਾਬੋ ਜੋੜ ਮੇਲਾ ਹੁੰਦਾ ਬਹੁਤ ਭਾਰੀ ਕੱਠ ਹੁੰਦਾ ਤੁਸੀਂ ਸਾਰਿਆਂ ਨੇ ਦਰਸ਼ਨ ਕੀਤੇ ਉਹਨੇ ਚਲੋ ਮੈਂ ਜਿਹੜੀ ਬੇਨਤੀ ਕਰ ਰਿਹਾ ਸੀ ਵਿਸਾਖੀ ਜਦੋਂ ਵੀ ਆਉਂਦੀ ਹੈ ਤੇ ਆਪਾਂ ਕਿਤੇ ਨਾ ਕਿਤੇ ਯਾਦ ਕਰਦੇ ਆ ਉਸ ਦ੍ਰਿਸ਼ ਨੂੰ ਜਦੋਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਦਮਦਮਾ ਸਾਹਿਬ ਦੀ ਧਰਤੀ ਤੇ ਆਣ ਕੇ ਉਹਨਾਂ ਦੇ ਮਹਿਲ ਮਿਲੇ ਸਨ ਸੋ ਪਿਆਰਿਓ ਵਿਸਾਖੀ ਦਾ ਤਿਹਾਰ ਮਨਾਇਆ ਜਾਂਦਾ ਹੈ ਸਾਰੇ ਮਨਾਉਂਦੇ ਆ ਪੰਜਾਬ ਦੇ ਵਿੱਚ ਖਾਸ ਕਰਕੇ ਮਨਾਇਆ ਜਾਂਦਾ ਹੈ ਸੋ ਮੈਂ ਬੇਨਤੀ ਕਰਨੀ ਹੈ ਗੁਰਮਖੋ ਵਿਸਾਖੀ ਤੋਂ ਪਹਿਲਾਂ ਪਹਿਲਾਂ ਆਪਣੇ ਆਪ ਦੇ ਵਿੱਚ ਸੁਧਾਰ ਜ਼ਰੂਰ ਕਰਿਓ ਵੈਸਾਖੀ ਤੋਂ ਪਹਿਲਾਂ-ਪਹਿਲਾਂ ਆਪਣੇ ਆਪ ਦੇ ਵਿੱਚ ਸੁਧਾਰ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਵਿਸਾਖੀ ਤੋਂ ਪਹਿਲਾਂ ਆਪਣੇ ਆਪ ਦੇ ਵਿੱਚ ਸਾਨੂੰ ਬਹੁਤ ਕੁਝ ਸੋਚਣ ਦੀ ਜ਼ਰੂਰਤ ਹੈ ਤੇ ਬਹੁਤ ਕੁਝ ਵਿਚਾਰਨ ਦੀ ਜ਼ਰੂਰਤ ਹੈ। ਸੋ ਪਿਆਰਿਓ ਬਹੁਤ ਸਾਰੀਆਂ ਚੀਜ਼ਾਂ ਨੇ ਜੋ ਇਕੱਤਰਤ ਕਰਨ ਵਾਲੀਆਂ ਨੇ। ਮੈਂ ਬੇਨਤੀ ਕਰਾਂ ਕਿ ਦਾਨ ਪੁੰਨ ਜ਼ਰੂਰ ਕਰੋ ਪਰ ਕਦੇ ਵੀ ਉਸ ਦਾ ਹੰਕਾਰ ਨਾ ਕਰੋ। ਸੋ ਦਾਨ ਜਿਹੜਾ ਕੀ ਕਰਨਾ ਹੈ ਬਸਾਖੀ ਤੋਂ ਪਹਿਲਾਂ ਅਸੀਂ ਆਪਣੇ ਆਪ ਦੇ ਵਿੱਚ ਸੁਧਾਰ ਕਰਨਾ ਹੈ ਆਪਣੇ ਆਪ ਦਾ ਦਾਨ ਕਰਨਾ ਹੈ ਜੇ ਗੱਲ ਕਰੀਏ ਵੀ ਕਾਹਦਾ ਜੀ ਸਵਾਸਾਂ ਦਾ ਦਾਨ ਗੁਰੂ ਪਾਤਸ਼ਾਹ ਨੂੰ ਸਵਾਸ ਭੇਟ ਕਰਨਿਆ हे ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ हे ਪਾਤਸ਼ਾਹ ਜੀ ਕਿਰਪਾ ਕਰੋ ਮਿਹਰ ਕਰੋ ਸੱਚੇ ਸਤਿਗੁਰੂ ਜੀ ਰਹਿਮਤਾ ਕਰੋ ਬਖਸ਼ਿਸ਼ਾਂ ਕਰੋ हे ਪਾਤਸ਼ਾਹ ਆਪ ਜੀ ਨੇ ਹੀ ਕਿਰਪਾ ਕਰਨੀ ਹੈ ਆਪ ਜੀ ਨੇ ਹੀ ਰਹਿਮਤਾਂ ਕਰਨੀਆਂ ਨੇ ਸੱਚੇ ਸਤਗੁਰੂ ਸੋ ਕਿਰਪਾ ਕਰੋਗੇ ਮੈਨੂੰ ਨਾਮਦਾਨ ਦੀ ਦਾਤ ਬਖਸ਼ ਦਿਓ ਨਾਮ ਦੇ ਦਾਨ ਦੀ ਦਾਤ ਮੰਗਣੀ ਹੈ ਸਤਗੁਰੂ ਤੋਂ हे ਪਾਤਸ਼ਾਹ ਜੀ ਕਿਰਪਾ ਕਰੋ ਤੁਹਾਡੇ ਨਾਮ ਦੀ ਦਾਤ ਮਿਲ ਜਵੇ ਤੁਹਾਡੀ ਰਹਿਮਤ ਦੀ ਦਾਤ ਮਿਲ ਜੇ ਤੁਹਾਡੀ ਜਿਹੜੀ ਹੈ ਸ਼ੁਕਰਾਨੇ ਦੀ ਦਾਤ ਮਿਲ ਜੇ ਪਰਸ਼ੋ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਦਸ਼ਮੇਸ਼ ਪਿਤਾ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੋਂ ਮੰਗੇ ਉਹ ਭਰੋਸਾ ਦਾਨ ਮੰਗੇ ਉਹ ਕਿ ਸਤਿਗੁਰੂ ਜਿਸ ਤਰ੍ਹਾਂ ਚਮਕੌਰ ਦੀ ਗੜੀ ਦੇ ਵਿੱਚ ਔਰ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਵੇਲੇ ਔਰ ਪਰਿਵਾਰ ਵਿਛੋੜਾ ਹੋਣ ਵੇਲੇ ਸੱਚੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਭਰੋਸਾ ਰੱਖਿਆ ਅਕਾਲ ਪੁਰਖ ਤੇ ਅਜਿਹੇ ਭਰੋਸਾ ਜ਼ਰੂਰ ਬਖਸ਼ਿਓ ਸੱਚੇ ਪਾਤਸ਼ਾਹ ਮੁਸ਼ਕਲਾਂ ਆਉਣ ਔਕੜਾਂ ਆਉਣ ਤੇ ਕਦੇ ਵੀ ਮੈਂ ਡੋਲਾ ਨਾ ਕਦੇ ਵੀ ਕਬਰਾਵਾਂ ਨਾ ਅਜਿਹੀਆਂ ਚੀਜ਼ਾਂ ਨਾਮ ਦਾ ਸਹਾਰਾ ਬਣ ਕੇ ਰਵੇ ਤੁਹਾਡੀ ਨਾਮ ਬਾਣੀ ਦਾ ਮੇਰੇ ਦਿਲ ਦੇ ਵਿੱਚ ਦ੍ਰਿੜਤਾ ਭਰੋਸਾ ਰਵੇ ਇਹ ਚੀਜ਼ ਜ਼ਰੂਰ ਮੰਗਿਓ ਸਤਿਗੁਰੂ ਤੋਂ ਵੇਖਿਓ ਕਦੇ ਕਿਸੇ ਚੀਜ਼ ਦੀ ਟੋਟ ਨਹੀਂ ਸਰਬਨਾਮ ਕਾ ਔਖਦ ਨਾਮ ਸਰਬ ਰੋਗ ਕਾ ਔਖਦ ਨਾਮ ਗੁਰਬਾਣੀ ਦੇ ਵਿੱਚੋਂ ਸਾਫ਼ ਉਦਾਹਰਣ ਆਪਾ ਪੜ ਸਕਦੇ ਆ ਪਾਤਸ਼ਾਹ ਜੀ ਕਿਰਪਾ ਕਰਨ ਸੋ ਇਹਨਾਂ ਚੀਜ਼ਾਂ ਦੀ ਜਿਹੜੀ ਹੈ ਮੰਗ ਆਪਾਂ ਸਤਿਗੁਰੂ ਤੋਂ ਮੰਗੀਏ ਸੱਚੇ ਸਤਿਗੁਰੂ ਤੋਂ ਚੀਜ਼ਾਂ ਦੀ ਮੰਗ ਕਰੀਏ ਕਿ ਪਾਤਸ਼ਾਹ ਤੁਸੀਂ ਹੀ ਕਿਰਪਾ ਕਰਨੀ ਹੈ ਤੁਸੀਂ ਹੀ ਰਹਿਮਤ ਕਰਨੀ ਹੈ ਸੱਚੇ ਸਤਿਗੁਰੂ ਇਹ ਸਾਰੀਆਂ ਬਖਸ਼ਿਸ਼ਾਂ ਜਿਹੜੀਆਂ ਨੇ ਤੁਸੀਂ ਹੀ ਕਰਨੀਆਂ ਨੇ ਪਾਤਸ਼ਾਹ ਜੀ ਇਸ ਕਰਕੇ ਆਪਾਂ ਜ਼ਰੂਰ ਇਹਨਾਂ ਚੀਜ਼ਾਂ ਦੇ ਵੱਲ ਧਿਆਨ ਦੇਈਏ ਇਹਨਾਂ ਚੀਜ਼ਾਂ ਨੂੰ ਜ਼ਰੂਰ ਧਿਆਨ ਵਿੱਚ ਰੱਖੀਏ ਪਾਤਸ਼ਾਹ ਸਤਿਗੁਰੂ ਨੂੰ ਕਿਰਪਾ ਕਰਕੇ ਜ਼ਰੂਰ ਆਪਾਂ ਇਹ ਮੰਗੀਏ ਅਰਦਾਸ ਬੇਨਤੀ ਕਰਕੇ ਪਾਤਸ਼ਾਹ ਕਿਰਪਾ ਕਰੋ ਸਾਰੇ ਪਰਿਵਾਰ ਨੂੰ ਸਰਬੱਤ ਦਾ ਹੀ ਭਲਾ ਕਰਿਓ ਸਮੂਹ ਸੰਗਤ ਨੂੰ ਸਰਬੱਤ ਨੂੰ ਹੀ ਸੱਚੇ ਸਤਿਗੁਰੂ ਜੀ ਦੇਹ ਰੋਗ ਤਾਂ ਤੰਦਰੁਸਤੀਆਂ ਦੀ ਬਖਸ਼ਿਸ਼ ਕਰਿਓ ਸਰਬੱਤ ਦੇ ਭਲੇ ਦੀ ਅਰਦਾਸ ਕਰਿਆ ਕਰੋ ਪਾਤਸ਼ਾਹ ਜੀ ਕਿਰਪਾ ਕਰਨ ਇਹਨੀਆਂ ਕੋ ਬੇਨਤੀਆਂ ਪਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ